ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸੇਵਾ ਦਲ ਅਤੇ ਓਮਕਾਰ ਚੰਨ ਵੱਲੋਂ ਆਪ ਜੀ ਦਾ ਇੱਕ ਵਾਰ ਫਿਰ ਜੀ ਆਇਆਂ ਨੂੰ। ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਜੋ ਖਾਸ ਕਰਕੇ IBS। IBS ਕੀ ਹੁੰਦਾ ਹੈ ਜੀ? IBS ਹੁੰਦਾ ਹੈ ਇਰੀਟੇਬਲ ਬਾਊਲ ਸਿੰਡਰਮ। ਇਹਦੇ ਵਿੱਚ ਕੀ ਹੁੰਦਾ, ਇਹ ਸਪੈਸ਼ਲੀ ਬਿਮਾਰੀ ਹੈ ਜਿਹੜੀ ਸਾਡੀ ਪ੍ਰੋਬਲਮ ਹੈ, ਆਮ ਬਿਮਾਰੀ ਹੈ, ਆਮ ਪ੍ਰੋਬਲਮ ਹੈ, ਲੇਕਿਨ ਅੱਜ ਦੀ ਡੇਟ 'ਚ ਬਹੁਤ ਖਾਸ ਹੋ ਗਈ ਹੈ। ਖਾਸ ਕਿੱਦਾਂ ਹੋ ਗਈ ਹੈ? ਜ਼ਿਆਦਾਤਰ ਅਸੀਂ ਇਸ ਪ੍ਰੋਬਲਮ ਦੇ ਨਾਲ ਸੰਬੰਧਿਤ ਜਿਹੜੇ ਆਪਾਂ ਗ੍ਰਸਤ ਹੈਗੇ ਹਾਂ, ਉਹਦਾ ਮੇਨ ਰੀਜ਼ਨ ਹੈ ਸਾਡੀ ਜੀਵਨ ਸ਼ੈਲੀ, ਸਾਡਾ ਜੀਵਨ ਦਾ ਤਰੀਕਾ, ਸਾਡੀ ਰੋਜ਼ਮਰ੍ਹਾ ਦੀ ਜੋ ਲਾਈਫ ਸਟਾਈਲ ਹੈ, ਇਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ। ਸਾਡਾ ਖਾਣ ਪੀਣ, ਸਾਡਾ ਉੱਠਣ ਬੈਠਣ, ਸਾਡੀ ਐਕਟਿਵਨੈਸ, ਸਾਡਾ ਸਰੀਰ ਐਕਟਿਵ ਹੈ ਕਿ ਨਹੀਂ ਹੈ, ਸਾਡੀ ਇਹ ਸਾਰੀ ਚੀਜ਼ਾਂ ਕਵਰ ਕਰਦੀਆਂ ਨੇ ਇਸ ਪ੍ਰੋਬਲਮ ਨੂੰ। ਅਤੇ ਜੇ ਅਸੀਂ ਇਸ ਸਿਸਟਮ ਸੈੱਟ ਕਰ ਲਈਏ ਤਾਂ ਸਾਡੀਆਂ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਉਸ ਵੇਲੇ ਠੀਕ ਹੋ ਜਾਣਗੀਆਂ। ਸੋ ਠੀਕ ਕਰਨ ਵਾਸਤੇ ਸਾਨੂੰ ਕੋਈ ਦਵਾਈਆਂ ਲੈਣ ਦੀ ਲੋੜ ਨਹੀਂ ਹੈ। ਸੋ ਮੈਂ ਰਿਕੁਐਸਟ ਕਰਾਂਗਾ ਜਿਹੜੇ ਵੀਰ ਭੈਣ ਆਪਣੇ ਪੇਟ ਦੇ ਸੰਬੰਧਿਤ ਪ੍ਰੋਬਲਮਸ ਨੇ, ਜਿਹਨਾਂ ਨੂੰ ਜੇ ਉਹ ਦਵਾਈਆਂ ਲੈ ਰਹੇ ਨੇ ਤਾਂ ਹੱਥ ਜੋੜਦਾ ਦਵਾਈਆਂ ਨਾ ਲਓ। ਇਹ ਤੁਹਾਨੂੰ ਅੰਦਰ ਦਵਾਈ ਦਾ ਕੀ ਸਿਸਟਮ ਹੈ, ਜਾਂ ਆਪਣੀ ਡਿਗਰੀ ਕਰਨ ਤੋਂ ਪਹਿਲਾਂ ਜਿਹੜੀ ਮੇਰੀ ਅਲਟਰਨੇਟਿਵ ਮੈਡੀਸਨ ਦੇ ਵਿੱਚ ਡਿਗਰੀ ਹੈ, ਉਸ ਤੋਂ ਪਹਿਲਾਂ ਮੈਂ ਆਪਣੇ ਅਸੀਂ ਵੀ ਦਵਾਈਆਂ ਲੈਂਦੇ ਸੀਗੇ। ਜਦੋਂ ਮੈਨੂੰ ਇਹ ਡਿਗਰੀ ਮਿਲੀ, ਮੈਂ ਆਪਣੇ ਡਾਕਟਰ ਕੋਲ ਗਿਆ। ਮੈਂ ਕਿਹਾ, ਡਾਕਟਰ ਸਾਹਿਬ, ਤੁਸੀਂ ਅੱਜ ਤੱਕ ਸਾਨੂੰ ਸਿਰਫ ਬਾਂਬੀ ਖਵਾਉਂਦੇ ਆਏ ਹੋ। ਕਹਿੰਦਾ, ਕੀ ਮਤਲਬ? ਮੈਂ ਕਿਹਾ, ਜਿਹੜੀ ਅਸੀਂ ਗੋਲੀ, ਜਿਹੜੀ ਵੀ ਦਵਾਈ ਅਸੀਂ ਖਾਧੀ, ਉਹ ਢਿੱਡ 'ਚ ਗਈ? ਕਹਿੰਦੇ, ਹਾਂ ਗਈ। ਮਗਰ ਉਸ ਤੋਂ ਬਾਅਦ ਉਹਨੇ ਡਿਸੋਲਵ ਹੋ ਕੇ ਸਾਰੀ ਬਾਡੀ 'ਚ ਮੈਲ ਜਾਣੀ ਹੈ, ਸਾਰੀ ਬਾਡੀ 'ਚ ਫੈਲ ਜਾਣੀ ਹੈ। ਜਿੱਥੇ ਇਹਦੀ ਲੋੜ ਹੈ ਉੱਥੇ ਵੀ ਜਾਏਗਾ, ਜਿੱਥੇ ਨਹੀਂ ਲੋੜ ਇਹਦਾ ਅਸਰ ਉੱਥੇ ਵੀ ਜਾਏਗਾ। ਕਹਿੰਦਾ, ਹਾਂ ਠੀਕ ਹੈ। ਅਤੇ ਮੈਂ ਕਿਹਾ, ਬੰਬ ਵੀ ਹੈ ਨਾ ਫਿਰ, ਕਿਉਂਕਿ ਹਰ ਮੈਡੀਸਿਨ ਦਾ ਜਿੱਥੇ ਇਫੈਕਟ ਹੈ ਉੱਥੇ ਸਾਈਡ ਇਫੈਕਟ ਵੀ ਨਾਲ ਹੈ। ਕੋਸ਼ਿਸ਼ ਕਰੋ ਕਿ ਬਿਨਾਂ ਮੈਡੀਸਿਨ ਤੋਂ ਹੀ ਆਪਣੇ ਆਪ, ਆਪਣੇ ਜੀਵਨ ਦੇ ਢੰਗ ਨੂੰ, ਆਪਣੀ ਲਾਈਫ ਸਟਾਈਲ ਨੂੰ ਚੇਂਜ ਕਰਕੇ ਇਹ ਬਿਮਾਰੀਆਂ ਤੋਂ ਦੂਰ ਹੋ ਸਕਦੇ ਹਾਂ। ਸੋ ਬਹੁਤ ਵਧੀਆ ਤਰੀਕੇ ਦੇ ਨਾਲ ਅੱਜ ਅਸੀਂ ਇਹਦੇ ਬਾਰੇ ਗੱਲ ਕਰਾਂਗੇ, ਥੋੜ੍ਹੀ ਕਸਰਤ ਕਰਾਂਗੇ, ਥੋੜ੍ਹਾ ਧਿਆਨ ਕਰਾਂਗੇ ਅਤੇ ਇਸ ਪ੍ਰੋਬਲਮ ਤੋਂ ਛੁਟਕਾਰਾ ਪਾਵਾਂਗੇ। ਸੋ ਬਿਫੋਰ ਵੀ ਸਟਾਰਟ, ਲੈਟਸ ਸਟਾਰਟ ਸਮੋਲ ਪ੍ਰੇਅਰ। ਛੋੜੀ ਅਰਦਾਸ ਕਰਦੇ ਹਾਂ ਸਾਰੀ ਮਾਨਵਤਾ ਵਾਸਤੇ। ਆਪਣੀ ਅੱਖਾਂ ਬੰਦ ਕਰ ਲਓ, ਬੈਕ ਸਟ੍ਰੇਟ, ਕਲੋਜ਼ ਯਰ ਆਈਜ਼। ਸੱਚੇ ਪਿਤਾ ਵਾਹਿਗੁਰੂ ਜੀ, ਕਿਰਪਾ ਕਰਕੇ ਸਾਨੂੰ ਆਗਿਆ ਬਖਸ਼ੋ, ਅਸੀਂ ਇਕੱਠੇ ਹੋ ਕੇ ਵੀਰ ਭੈਣ ਆਪਣੇ ਆਪਣੀ ਥਾਵਾਂ 'ਤੇ ਹੀ ਕਸਰਤ ਕਰ ਸਕੀਏ, ਨਾਮ ਜਪ ਸਕੀਏ, ਧਿਆਨ ਲਗਾ ਸਕੀਏ। ਮਿਹਰ ਕਰ ਨਿਸ਼ਚੇ ਪਾਤਸ਼ਾਹ, ਰੋਗੀ ਕਾ ਤੋਂ ਠੰਡੂ ਰੋਗ ਸੱਚੇ ਪਾਤਸ਼ਾਹ ਜੀ, ਬਖਸ਼ਿਸ਼ ਕਰੋ ਆਪ ਜੀ ਸਾਡੇ ਰੋਗ, ਤਨ ਮਨ ਆਤਮਕ ਵਿਚਾਰਕ ਹਰ ਤਰ੍ਹਾਂ ਦੇ ਜੋ ਸਾਡੇ ਰੋਗ, ਤਕਲੀਫਾਂ, ਪਰੇਸ਼ਾਨੀਆਂ, ਬਿਮਾਰੀਆਂ ਨੇ, ਉਹਨਾਂ ਨੂੰ ਦੂਰ ਕਰੋ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਹੁਣ ਆਪਾਂ ਗੱਲ ਕਰ ਰਹੇ ਸੀਗੇ ਜਿਹੜੀ ਇਰੀਟੇਬਲ ਬਾਊਲ ਸਿਸਟਮ, ਜਿਹੜਾ ਬਾਊਲ ਸਿਸਟਮ ਹੈ, ਇਹਦਾ ਸਿਸਟਮ ਕੀ ਹੈ ਕਿ ਸਾਡੇ ਅੰਦਰ ਜਿਹੜੇ ਸਾਡੇ, ਤੁਸੀਂ ਕਹਿ ਸਕਦੇ ਹੋ ਸਾਡੇ ਸਰੀਰ ਦੇ ਵਿੱਚ ਦੋ ਤਰ੍ਹਾਂ ਦੇ ਦਿਮਾਗ ਹੁੰਦੇ ਆ। ਇੱਕ ਤਾਂ ਸਾਡੇ ਦਿਮਾਗ 'ਚ, ਇੱਕ ਸਾਡੇ ਢਿੱਡ 'ਚ। ਜਿਹੜਾ ਗਟ ਹੈ, ਇਹ ਜਿਹੜਾ ਸਾਡਾ ਸਿਸਟਮ ਹੈ, ਉਸਦਾ ਇੱਕ ਤਰ੍ਹਾਂ ਦਾ ਦਿਮਾਗ ਹੈ। ਉਸਨੇ ਹੀ ਸਾਡੇ ਸਿਸਟਮ ਨੂੰ ਚਲਾਉਣਾ ਹੈ, ਉਸਨੇ ਸਾਡੇ ਸਿਸਟਮ ਦਾ ਪ੍ਰਵਾਹ ਕਰਨਾ ਹੈ। ਸੋ ਇਹਦਾ ਸਿਸਟਮ ਕੀ ਹੁੰਦਾ, ਇਹਦੇ ਵਿੱਚ ਜਦੋਂ ਵੀ ਅਸੀਂ ਕੁਛ ਖਾਂਦੇ ਹਾਂ
ਸਾਡੇ ਮੂੰਹ ਤੋਂ ਜਾ ਕੇ ਸਾਡੇ ਫੂਡ ਪਾਈਪ ਤੋਂ ਹੋ ਕੇ ਸਾਡੇ ਸਟਮਕ 'ਚ ਜਾਂਦਾ। ਸਟਮਕ 'ਚ ਜਾਣ ਤੋਂ ਬਾਅਦ ਇਹ ਕਾਫੀ ਸਮੇਂ ਤੱਕ ਸਾਡਾ ਭੋਜਨ ਘੱਟੋ ਘੱਟ 40 ਤੋਂ 45 ਸੈਕਿੰਡ 45 ਮਿੰਟ ਤੱਕ ਇਹ ਭੋਜਨ ਸਾਡੇ ਸਟਮਕ ਦੇ ਵਿੱਚ ਰਹਿੰਦਾ ਹੈ, ਅਮਾਸੇ 'ਚ ਰਹਿੰਦਾ ਹੈ, ਸਾਡੇ ਪੇਟ 'ਚ ਰਹਿੰਦਾ ਹੈ। ਫਿਰ ਜਦੋਂ ਅਸੀਂ ਇਸ ਚੀਜ਼ ਨੂੰ ਦੇਖੀਏ ਕਿ ਜਦੋਂ ਇਹ ਸਾਡੇ ਸਿਸਟਮ ਦੇ ਵਿੱਚ ਸਾਡੇ ਢਿੱਡ ਦੇ ਵਿੱਚ ਰਹਿੰਦਾ, ਉਸ ਤੋਂ ਬਾਅਦ ਇਹ ਪਚ ਕੇ ਜਾਂਦਾ ਸਾਡੇ ਛੋਟੀ ਆਂਤੜੀਆਂ ਦੇ ਵਿੱਚ। ਛੋਟੀ ਆਂਤੜੀਆਂ ਵਿੱਚ ਜਦੋਂ ਜਾਂਦਾ, ਇਸ ਦੇ ਨਾਲ ਹੋਰ ਕਈ ਲਿਕੁਇਡ ਮਿਕਸ ਹੋਏ ਹੁੰਦੇ ਆ ਉਸ ਵੇਲੇ। ਇਹ ਲਿਕੁਇਡ ਮਿਕਸ ਹੋਣ ਤੋਂ ਬਾਅਦ ਜਦੋਂ ਇਹ ਇਹਦਾ ਜੋ ਰਸ ਹੈ, ਇਹਦਾ ਜੋ ਤੱਤ ਹੈ, ਕਈ ਉਹ ਕੱਢ ਲਿੱਤਾ ਜਾਂਦਾ ਸਾਡੇ ਸਿਸਟਮ ਦੇ ਨਾਲ ਸਾਡਾ ਬੋਡੀ ਦੇ ਵਿੱਚੋਂ ਦੀ, ਅਤੇ ਥੋੜ੍ਹਾ ਬਹੁਤਾ ਜੋ ਰਸ ਰਹਿ ਜਾਂਦਾ ਹੈ ਉਹ ਅਤੇ ਸਾਡਾ ਜੋ ਵੇਸਟ ਹੈ ਇਹ ਪਹੁੰਚਦਾ ਹੈ ਵੱਡੀ ਆਂਤੜੀ ਦੇ ਵਿੱਚ, ਲਾਰਜ ਇੰਟੈਸਟਾਈਨਸ ਦੇ ਵਿੱਚ। ਜਦੋਂ ਲਾਰਜ ਇੰਟੈਸਟਾਈਨਸ ਵਿੱਚ ਪਹੁੰਚਦਾ ਹੈ, ਉੱਥੇ ਕੀ ਹੁੰਦਾ ਹੈ, ਬਹੁਤ ਸਾਰਾ ਹੱਦ ਤੱਕ ਇਹਦੇ ਵਿੱਚੋਂ ਦੀ ਰਸ ਜਿਹੜਾ ਉਹ ਇੰਟੈਸਟਾਈਨਸ ਜਿਹੜੀਆਂ ਨੇ ਉਹ ਆਂਤੜੀਆਂ ਨੇ ਚੂਸ ਲੈਂਦੀਆਂ ਨੇ, ਅਤੇ ਪਿੱਛੇ ਰਹਿ ਜਾਂਦਾ ਕੁੱਲਿਆ ਸੁੱਕਾ ਪਦਾਰਥ, ਉਹ ਸੁੱਕਾ ਵੇਸਟ ਜਿਹੜਾ ਹੈ ਉਹ ਸਾਡੇ ਪੇਟ ਤੋਂ ਹੁੰਦਾ ਹੋਇਆ ਬਾਹਰ ਨਿਕਲ ਜਾਂਦਾ। ਹੁਣ ਜਦੋਂ ਸਾਡਾ ਗੱਟ ਜਿਹੜਾ ਉਹ ਸਿਸਟਮ ਖਰਾਬ ਹੋ ਜਾਂਦਾ, ਤਾਂ ਕੀ ਹੁੰਦਾ ਕਿ ਕਈ ਵਾਰ ਤਾਂ ਉਹ ਇੰਨਾ ਜ਼ਿਆਦਾ ਸਾਡੀਆਂ ਆਂਤੜੀਆਂ ਚੂਸ ਲੈਂਦੀਆਂ ਕਿ ਉਹ ਇੰਨਾ ਜ਼ਿਆਦਾ ਸੁੱਕਾ ਹੋ ਜਾਂਦਾ ਹੈ ਕਿ ਬਾਹਰ ਆ ਨਹੀਂ ਪਾਉਂਦਾ, ਜਿਹਦੇ ਕਰਕੇ ਕੌਂਸਟੀਪੇਸ਼ਨ ਦੀ ਪ੍ਰੋਬਲਮ ਹੁੰਦੀ ਹੈ। ਕਈ ਵਾਰ ਉਹ ਗੱਟ ਇੰਨਾ ਖਰਾਬ ਹੋ ਜਾਂਦਾ ਸਾਡਾ ਸਿਸਟਮ ਕਿ ਵੀ ਉਹ ਇੰਨਾ ਲਿਕੁਇਡ ਕਰ ਦਿੰਦਾ ਕਿ ਸਾਰਾ ਸਿਸਟਮ ਲਿਕੁਇਡ ਹੀ ਹੋ ਕੇ ਉਹ ਲੂਜ ਮੋਸ਼ਨ ਦੇ ਰੂਪ 'ਚ ਬਾਹਰ ਆ ਜਾਂਦਾ। ਸੋ ਇਸ ਸਿਸਟਮ ਨੂੰ ਸੈੱਟ ਕਰਨ ਵਾਸਤੇ ਕੁਝ ਆਪਾਂ ਅੱਜ ਆਸਣ ਕਰਾਂਗੇ, ਐਕਸਰਸਾਈਜ਼ਾਂ ਕਰਾਂਗੇ, ਅੱਜ ਆਪਾਂ ਤੁਹਾਡੇ ਨਾਲ ਐਕਿਊਪ੍ਰੈਸ਼ਰ ਦੇ ਪੁਆਇੰਟਸ ਬਾਰੇ ਵੀ ਗੱਲ ਕਰਾਂਗੇ, ਥੋੜ੍ਹਾ ਜਿਹਾ ਧਿਆਨ ਵੀ ਲਾਵਾਂਗੇ। ਸੋ ਫਟਾਫਟ ਅਸੀਂ ਖੜ੍ਹੇ ਹੋ ਕੇ ਅੱਜ ਐਕਸਰਸਾਈਜ਼ ਵੱਲ ਚੱਲੀਏ ਜੀ। ਆਪਣੇ ਆਪਣੇ ਥਾਵਾਂ 'ਤੇ ਖੜ੍ਹੇ ਹੋ ਜਾਓ ਜੀ। ਅੱਜ ਥੋੜ੍ਹੀ ਠੰਡ ਹੈ, ਸੋ ਆਪਾਂ ਨਾਲ ਜੈਕਟ ਪਾ ਕੇ ਰੱਖੀ ਹੈ। ਹੁਣ ਕੀ ਕਰਨਾ ਕਿ ਵੀ ਸਟ੍ਰੈਚ ਕਰ ਲਓ ਆਪਣੇ ਆਪ ਨੂੰ, ਉਹਦਾ ਵੀ ਪੁੱਲ ਸੈਲਫ ਮੈਕਸੀਮਮ ਅਪ। ਜਦੋਂ ਆਪਾਂ ਪੁੱਲ ਕਰਨਾ ਆਪਣੇ ਆਪ ਨੂੰ ਖਿੱਚਣਾ, ਤਿਆਰ ਇਹਦੇ ਬਹੁਤ ਸਾਰੇ ਫਾਇਦੇ ਹੋਣੇ। ਪਹਿਲਾ ਫਾਇਦਾ ਹੋਣਾ ਕਿ ਤੁਹਾਡੇ ਪੂਰੀ ਬੋਡੀ ਜੋ ਹੈ ਉਹ ਸਟ੍ਰੈਚ ਹੋ ਰਹੀ ਹੈ, ਪੂਰੀ ਬੋਡੀ ਤੁਹਾਡੇ ਮਸਲਸ ਜੁਆਇੰਟਸ ਜਿਹੜੇ ਆ ਉਹ ਸਟ੍ਰੈਚ ਹੁੰਦੇ ਆ। ਦੂਜਾ ਬੈਨੀਫਿਟ, ਸਾਡੇ ਆਂਤੜੀਆਂ ਉਹਨਾਂ ਨੂੰ ਫਾਇਦਾ ਹੁੰਦਾ, ਸਾਡੇ ਧਰਮ ਨੂੰ ਫਾਇਦਾ ਹੁੰਦਾ, ਸਾਡੇ ਡਾਈਜੈਸਟਿਵ ਸਿਸਟਮ ਨੂੰ ਫਾਇਦਾ ਹੁੰਦਾ। ਸੋ ਹੁਣ ਅਸੀਂ ਇਸਦਾ ਹੱਥ ਖਿੱਚ ਕੇ ਪੂਰਾ ਉਹ ਦੇਵੇ ਡੈਮ ਤੈਨੂੰ ਪੁੱਟ ਕਰਨਾ ਆ। ਬਹੁਤ ਵਧੀਆ। ਹੁਣ ਅਸੀਂ ਇਸ ਐਕਸਰਸਾਈਜ਼ ਦੇ ਵਿੱਚ ਕਰਾਂਗੇ ਕਿ ਬੋਡੀ ਨੂੰ ਖਿਚਾ ਦੇ ਨਾਲ ਨਾਲ ਆਪਾਂ ਥੋੜ੍ਹੀ ਜਿਹੀ ਐਕਸਰਸਾਈਜ਼ ਕਰਨੀ ਜਿਹੜੇ ਸਾਡੇ ਜੁਆਇੰਟਸ ਨੂੰ ਵੀ ਕਲੀਅਰ ਕਰਨ। ਸੋ ਕੁਇਕਲੀ ਆਪਣਾ ਰਾਈਟ ਫੋਰ ਲੈਫਟ ਸਾਈਡ ਸਵਿਚ ਕਰਕੇ, ਲੈਫਟ ਦੈਨ ਰਾਈਟ ਸਾਈਡ, ਆਰਮਸ ਨੂੰ ਇਨ ਆਊਟ, ਤਾਂ ਕਿ ਤੁਹਾਡੇ ਸ਼ੋਲਡਰ ਦੇ ਜੁਆਇੰਟਸ ਜਿਹੜੇ ਆ ਉਹ ਰਿਲੈਕਸ ਹੋ ਜਾਣ। ਇਹਦੇ ਨਾਲ ਕੁਇਕ ਆਪਾਂ ਕੁਇਕ ਐਕਸਰਸਾਈਜ਼ ਕਰ ਰਹੇ ਹਾਂ ਤਾਂ ਕਿ ਮੈਕਸੀਮਮ ਜਿਹੜੀਆਂ ਸਾਡੇ ਸਟਮਕ ਦੇ ਰਿਲੇਟਡ ਐਕਸਰਸਾਈਜ਼ ਉਹ ਕਰ ਸਕੀਏ ਬਾਅਦ ਵਿੱਚ। ਸੋ ਹੁਣ ਅਸੀਂ ਕੀ ਕਰਨਾ ਹੈ, ਆਪਣੇ ਜੋ ਜੁਆਇੰਟਸ ਨੇ ਬੈਂਡ ਅਪ, ਬੈਂਡ ਅਪ, ਸੋ ਹੱਥ ਸਾਹਮਣੇ ਰੱਖ ਕੇ ਬੈਂਡ ਅਪ, ਬੈਂਡ ਅਪ, ਬੈਂਡ ਅਪ। ਜਿਹਨਾਂ ਦੇ ਗੋਡੇ ਤਕਲੀਫ ਹੈ ਥਿਰਕ ਜਾਣਗੇ, ਜਿਹਨਾਂ ਦੇ ਗੋਡੇ ਥੋੜ੍ਹੇ ਠੀਕ ਨੇ, ਸੋ ਉਹ ਕੀ ਕਰ ਸਕਦੇ ਨੇ, ਉਹ ਹੋਰ ਪਿੱਛੇ ਜਾਓ, ਉਹ ਹੋਰ ਤੁਸੀਂ ਬੈਂਡ ਕਰ ਸਕਦੇ, ਪੂਰੀ ਬੈਠਕ ਮਾਰ ਲਓ, ਇੱਕ ਦੋ ਆਪਾਂ 10 ਮਾਰਾਂਗੇ, ਠੀਕ ਹੈ, 3 4 5 6 7। ਇਹਦੇ ਨਾਲ ਆਪਾਂ ਬਾਹਾਂ ਨੂੰ ਪੂਰਾ ਚਲਾਉਣਾ ਹੈ, ਜਿਹਦੇ ਨਾਲ ਗੋਡੇ ਲੱਤਾਂ ਗਿੱਟੇ ਕੂਲੇ ਮੋਢੇ ਕੁਣੀਆਂ ਅਤੇ ਗੁੱਟ ਇਹ ਸਾਰੇ ਹੀ ਨਾਲ ਹੀ ਕਵਰ ਹੋ ਜਾਂਦੇ ਆ। 6 7 8 9 10 ਗੁੱਡ ਜਾਬ। ਹੁਣ ਅਸੀਂ ਕੀ ਕਰਨਾ, ਹੁਣ ਅਸੀਂ ਜਾਵਾਂਗੇ, ਅੱਜ ਆਪਾਂ ਫੋਕਸ ਕਰਨਾ ਸਟਮਕ ਦੇ ਵਾਸਤੇ। ਸੋ ਬੈਸਟ ਹੈ ਕਿ ਸਭ ਤੋਂ ਪਹਿਲਾਂ ਅਸੀਂ ਆਪਣੇ ਭੁਚੰਗ ਆਸਣ ਦੇ ਵਿੱਚ, ਇਸ ਤੋਂ ਇਲਾਵਾ ਹੋਰ ਕਈ ਆਸਣ ਹੈ ਜਿਹੜੇ ਕਰਾਂਗੇ। ਪਹਿਲਾਂ ਆਪਾਂ ਇਹਦਾ ਬਹਿਣਾ,
इस दे विच सब तो पहली चीज की करनी है अपने आप नू उपर पूरा खिंचना है लंबा सा लैके मैक्सिमम अप जो असं इतने खिंचांगे अपने आप नू महसूस करना है कि जिहड़ा ढिड है ढिड दे विच खिचाव पै रहा धुनी दे खिचाव पै रहा पूरा खिचाव होना चाहिए सो लंबा सा लैके सांस छड़ दो हूँ सांस लेना नहीं है बस खिंच के रखो हूँ हौली हौली रिलैक्स इस एक्सरसाइज दे विच हुण एक चीज होर करांगे इसी तरीके दे नाल लंबा सांस लांगे लंबा सांस लैके फिर असीं की करना है कि देखियो जरा लंबा सांस लैके पूरा उपर जाओ जी सांस रोक के रखो पूरा खिंचो अपने आप नूं ते सांस छड़दे होए ऑल द वे फ्रंट हुण जब से फ्रंट जाना है तो की करना है कोशिश करनी है कि तुहाडा जो मत्था है वो धरती नूं लगे कितना कोसे देखो All the way down, stretch your arms. सांस पूरा कढ़दे हुए अपना मत्था धरती नूं लाउणा जिहड़ा तुहाडा ढिड है उहनूं खिचा ते नाल नाल इहदा प्रेस होना चाहिए तुहाडे थाइस दे विच अप ब्रीथ इन होल्ड योर ब्रेथ ब्रीथ आउट करते हैं ब्रीथ इन Slowly, slowly breathe out. Stretch yourself maximum up. एक और फिर breathe in. इस एक्सरसाइज में से घट तो घट 10 बारी करांगे Breathe out. Oh, that is stretch. जिन्ना स्ट्रेच करोगे तो आदेश से बढ़िया पूर्ण तौर अपने आप पूरा अगे वो Breathe in. Breathe out. ਜਦੋਂ ਅਸੀਂ ਇੱਥੇ ਪੁੱਲ ਕਰਨਾ ਹੈ ਸਾਹ ਪੂਰਾ ਖਾਲੀ ਕਰ ਦੇਣਾ ਢਿੱਡ ਚੋਂ ਪੂਰਾ ਸਾਹ ਬਾਹਰ ਕਰ ਦੇਣਾ ਪੂਰਾ ਖਿਚਾਅ ਪਾ ਕੇ ਰੱਖਣਾ ਇਸ ਦੇ ਵਿੱਚ ਤੁਹਾਡੇ ਸ਼ੋਲਡਰ ਦੇ ਵਿੱਚ ਇਹਨਾਂ ਜੋੜਾਂ ਦੇ ਵਿੱਚ ਮੋਢਿਆਂ ਦੇ ਜੋੜਾਂ ਦੇ ਵਿੱਚ ਅਤੇ ਤੁਹਾਡੇ ਬਾਹਾਂ ਦੇ ਵਿੱਚ ਵੀ ਸਟ੍ਰੈਚ ਹੋਏਗਾ ਇਹ ਸਟ੍ਰੈਚ ਕੀ ਕਰੇਗਾ ਕਿ ਤੁਹਾਡੇ ਜੋ ਸਰੀਰ ਦੇ ਵਿੱਚ ਬਲੱਡ ਦਾ ਸਰਕੂਲੇਸ਼ਨ ਹੈ ਉਹਨੂੰ ਕਲੀਅਰ ਕਰੇਗਾ ਜਿਹਨੂੰ ਬਲੋਟਿੰਗ ਹੁੰਦੀ ਹੈ ਡਕਾਰ ਜ਼ਿਆਦਾ ਆਉਂਦੇ ਹੈ ਉਹਨਾਂ ਵਾਸਤੇ ਫਾਇਦਾ ਹੈ ਸੋ ਕੋਸ਼ਿਸ਼ ਕਰਨੀ ਹੈ ਕਿ ਸਟਮਕ ਨੂੰ ਆਪਣੇ ਢਿੱਡ ਨੂੰ ਅਸੀਂ ਆਪਣੇ ਪੱਟਾਂ ਦੇ ਵਿੱਚ ਘਰ ਰੱਖ ਕੇ ਦਬਾਉਣਾ ਹੈ ਇਹਨੂੰ ਅਤੇ ਸਟ੍ਰੈਚ ਕਰਨਾ ਪੂਰਾ ਅੱਗੇ ਮਹਿਸੂਸ ਕਰਨਾ ਹੈ ਤੁਹਾਡੇ ਢਿੱਡ 'ਤੇ ਪੂਰਾ ਖਿਚਾਅ ਪਵੇ Breathe in.
ब्रीद आउट रिलैक्स, गहरा लंबा सांस लो जी, छोड़ दो, एक और गहरा लंबा सांस, छोड़ दो, हुण आपां एक एक्सरसाइज करांगे, इहदे विच अंग्रेजी जिन कैट एंड डॉग भी कह देंगे यार वाहगुरु जी अज ठंड है बार कोई गल नहीं सो इन कैट डॉग भी कह देंगे काओ एंड कैट भी कह देंगे काओ एंड डॉग भी कह देंगे फिर अलग अलग नाम ने इस दे विच असीं की करना है गहरा लंबा सांस लेना है सांस लेंदे हुए अपने मोढ़िया नूं उपर वल खिंचना है ते पिठ नूं होर उपर खिंचना है सांस छड़दे हुए अगे वल इक बार फिर देखो सांस लैंदे हुए मोढ़िया नूं पूरा खिचा पा के उपर खिंचना है छड़ते हुए कमर नू कमर नू अते बैक लोअर नंबर नू ध्यान देखियो ऐदा डाउन करके स्ट्रेच ब्रीद आउट ब्रीद इन ब्रीद आउट पांच तो सात बार ये पैर वाली एक्सरसाइज करांगे एक बार फिर ब्रीद इन ब्रीद आउट Breathe in. Breathe out. Breathe in. इस दे विच जदों आपां एवरी एक्सरसाइज करनी है इस दे विच की हुंदा है जदों असीं सांस लैके उपर खिंचदे हां अपने आप नूं साडे जिहड़ा स्पोनल एंटिसिस दी प्रॉब्लम है उहनूं भी बेनीफिट मिलदा है मोढ़िआं दी जकड़न है उहनूं बेनीफिट मिलदा है बाहां दे विच ताकत आउंदी है स्ट्रेंथ आउंदी है क्योंकि भार तुहाडे बाहां ते पै रिहा है हथेलियां दे विच गुट्टां दे विच ताकत आउंदी है इहदे नाल नाल जो तुहाडा पेट है तुहाडा ढिड है तुहाडा स्टमक है उसनूं भी बेनीफिट मिलदा है सो ਨਾਲ ਦੇ ਨਾਲ ਫੇਫੜਿਆਂ ਨੂੰ ਵੀ ਸੋ ਇੱਕ ਵਾਰ ਫਿਰ ਕਰੀਏ ਲੰਬਾ ਸਾਹ ਲੈ ਕੇ ਬ੍ਰੀਦ ਇਨ ਪੂਰਾ ਖਿਚਾਅ ਪਾ ਕੇ ਰੱਖੋ ਸਲੋਲੀ ਸਲੋਲੀ ਬ੍ਰੀਦ ਆਊਟ ਐਂਡ ਲੁੱਕ ਅਪ ਲੁੱਕ ਦਾ ਸੀਲਿੰਗ ਦੇਖੋ ਤਾਰੇ ਦਿਖਦੇ ਆ ਆ ਜਿਨ੍ਹਾਂ ਪਰ ਰਾਤ ਆਉਣ ਤੋਂ ਸ਼ਾਇਦ ਦਿਖਦੇ ਹੋਣੇ ਬ੍ਰੀਦ ਇਨ Hold up and relax, breathe out. Good. ਹੁਣ ਜਿਹੜੀ ਐਕਸਰਸਾਈਜ਼ ਕਰ ਰਹੇ ਹਾਂ ਇਸ ਦੇ ਵਿੱਚ ਅਸੀਂ ਕੀ ਕਰਨਾ ਹੈ ਕਿ ਇਸ ਐਕਸਰਸਾਈਜ਼ ਦੇ ਵਿੱਚ ਅਸੀਂ ਆਪਣੇ ਆਪ ਨੂੰ
ਜੇ ਆਪਾਂ ਇੱਦਾਂ ਹੋ ਕੇ ਇਸ ਪੈਰ ਨੂੰ ਖੱਬੇ ਪੈਰ ਨੂੰ ਆਲ ਦਾ ਵੇ ਸੱਜੇ ਪਾਸੇ ਲੈ ਜਾਈਏ, ਸੱਜੇ ਪੈਰ ਨੂੰ ਆਲ ਦਾ ਵੇ ਡਾਊਨ ਹੀਅਰ, ਜਿਹੜਾ ਸੱਜਾ ਹੱਥ ਹੈ ਹੁਣ ਸੱਜੇ ਹੱਥ ਨੂੰ ਅਸੀਂ ਆਲ ਦਾ ਵੇ ਸਟ੍ਰੈਚ ਕਰਕੇ ਪੁੱਲ ਕਰਕੇ ਇੱਧਰ ਲਿਆਉਣਾ। ਇਸ ਗੋਡੇ ਨੂੰ ਇਸ ਕੁਣੀ ਦੇ ਪਿੱਛੇ ਲਿਆ ਕੇ ਉੱਤੇ ਖੱਬੇ ਹੱਥ ਨੂੰ ਆਲ ਦਾ ਵੇ ਬੈਕ ਰੱਖ ਕੇ ਇਸ ਨੂੰ ਸੱਜੀ ਬਾਂਹ ਦੇ ਨਾਲ ਆਪਾਂ ਖੱਬੇ ਗੋਡੇ ਨੂੰ ਸੱਜੇ ਪਾਸੇ ਨਾਲ ਧੱਕਣਾ ਅਤੇ ਖੱਬੇ ਹੱਥ ਨਾਲ ਉਹਦੇ ਪਿੱਛੇ ਲੱਗ ਕੇ ਪਿੱਛੇ ਦੇਖਣਾ। ਚੇਂਜ ਸੋ ਖੱਬੇ ਗੋਡੇ ਨੂੰ ਹੁਣ ਅਸੀਂ ਸੱਜੇ ਪਾਸੇ ਰੱਖ ਕੇ ਸੱਜੇ ਹੱਥ ਨੂੰ ਪੂਰਾ ਪਿੱਛੇ ਰੱਖ ਕੇ ਖੱਬੇ ਹੱਥ ਨੂੰ ਸੱਜੇ ਗੋਡੇ ਦੇ ਪਿੱਛੇ ਰੱਖਣਾ ਇੱਥੇ। ਸੋ ਕੁਣੀ ਨੂੰ ਗੋਡੇ ਨਾਲ ਜੋੜ ਕੇ ਖੱਬੀ ਕੁਣੀ ਨਾਲ ਸੱਜੇ ਗੋਡੇ ਨੂੰ ਖੱਬੇ ਪਾਸੇ ਧੱਕਣਾ ਅਤੇ ਉਹਦੇ ਪਿੱਛੇ ਦੇਖਣਾ। ਇਸ ਨੂੰ ਹਾਫ ਸਪਾਈਨਲ ਟਵਿਸਟ ਵੀ ਕਹਿੰਦੇ ਆ। ਅਤੇ ਕਰਨਾ ਕੀ ਹੈ, ਇਹਦੇ ਨਾਲ ਜਦੋਂ ਆਪਾਂ ਇਹਨੂੰ ਧੱਕਾਂਗੇ ਇੱਧਰ ਦੂਜੇ ਹੱਥ ਨਾਲ ਇੱਧਰ ਨੂੰ ਧੱਕਾਂਗੇ ਪਿੱਛੇ ਪਿੱਛੇ ਦੇਖਾਂਗੇ, ਤੁਹਾਡੀ ਜਿਹੜੀ ਸਪਾਈਨ ਹੈ ਉਹ ਟਵਿਸਟ ਹੁੰਦੀ ਹੈ। ਜਦੋਂ ਸਪਾਈਨ ਟਵਿਸਟ ਹੁੰਦੀ ਹੈ ਤੁਹਾਡਾ ਸਟਮਕ ਨੂੰ ਖਿਚਾ ਪੈਂਦਾ, ਉਹ ਟਵਿਸਟ ਹੁੰਦਾ, ਉਹ ਦਾ ਪਿੱਛੇ ਜਾਓਗੇ। ਤੁਹਾਡੇ ਲੱਕ ਨੂੰ ਤੁਹਾਡੇ ਕੁੱਲੇ ਨੂੰ ਉਹਨੂੰ ਟਵਿਸਟ ਹੁੰਦਾ, ਉਹਨੂੰ ਖਿਚਾ ਪੈਂਦਾ। ਇਹਦੇ ਨਾਲ ਤੁਹਾਡਾ ਡਾਈਜੈਸ਼ਨ ਸਿਸਟਮ ਉਹ ਵੀ ਸਟਰੋਂਗ ਹੁੰਦਾ, ਤੁਹਾਡੀ ਸ਼ੂਗਰ ਦੀ ਪ੍ਰੋਬਲਮ ਦੂਰ ਹੁੰਦੀ ਹੈ, ਹੋਰ ਕਈ ਬਿਮਾਰੀਆਂ ਇਹਦੇ ਨਾਲ ਫਰਕ ਪੈਂਦਾ। ਗੁੱਡ, ਇੱਕ ਵਾਰ ਫੇਰ ਕਰੀਏ। ਸਟ੍ਰੈਚ ਆਪ ਇਸ ਪਾਸੇ ਰੱਖ ਕੇ ਆਪਣੀ ਐਲਬੋ ਨੂੰ ਆਪਣੇ ਨੀ ਦੇ ਨਾਲ ਟੱਚ ਕਰਕੇ ਓਲ ਬੈਕ ਇੱਕ ਹੋਰ ਕੰਮ ਕਰ ਸਕਦੇ ਹਾਂ। ਇਸ ਸੱਜੇ ਹੱਥ ਨਾਲ ਆਪਣੇ ਖੱਬੇ ਸੱਜੇ ਗੋਡੇ ਨੂੰ ਵੀ ਫੜ ਸਕਦੇ ਹਾਂ। ਜਦੋਂ ਆਪਾਂ ਸੱਜੇ ਹੱਥ ਨਾਲ ਆਪਣੇ ਸੱਜੇ ਗੋਡੇ ਨੂੰ ਤਾਂ ਫੜ ਲਾਂਗੇ ਤਾਂ ਖੱਬਾ ਗੋਡਾ ਹੋਰ ਪੁੱਲ ਹੋਏਗਾ ਪਿੱਛੇ, ਤੁਹਾਨੂੰ ਹੋਰ ਸਪੋਰਟ ਮਿਲ ਜਾਏਗੀ ਅਤੇ ਹੋਰ ਖਿੱਚ ਪਾ ਪਾਓਗੇ। ਰਿਲੈਕਸ, ਗਹਿਰਾ ਨੰਬਰ ਸਾਹ ਲਓ ਜੀ। ਛੱਡ ਦਿਓ, ਇੱਕ ਹੋਰ ਗਹਿਰਾ ਲੰਬਾ ਸਾਹ, ਛੱਡ ਦਿਓ ਜੀ। ਇਸ ਤਰ੍ਹਾਂ ਕੀ ਕਰਨਾ ਹੈ, ਜੇ ਆਪਾਂ 4 ਸੈਕਿੰਡ ਤੱਕ ਸਾਹ ਲੈ ਸਕਦੇ ਹਾਂ ਜਾਂ 5 ਸੈਕਿੰਡ ਤੱਕ ਸਾਹ ਲੈ ਸਕਦੇ ਹਾਂ ਅਤੇ 1 ਸੈਕਿੰਡ ਜਿਹੜਾ ਹੈ ਉਹਨੂੰ ਸਾਹ ਰੋਕਣਾ ਹੈ ਅਤੇ 16 ਤੋਂ 18 ਸੈਕਿੰਡ ਤੱਕ ਸਾਹ ਨੂੰ ਬਾਹਰ ਕੱਢਣਾ ਹੈ। ਇੱਕ ਵਾਰ ਫਿਰ ਕਰਦੇ ਹਾਂ, ਆਪਣੇ ਮਨ ਦੀ ਗਿਣਤੀ 'ਚ ਗਿਣ ਲਿਓ। ਹੋਲਡ, ਸਲੋਲੀ ਸਲੋਲੀ ਐਕਸਹੇਲ। ਇੱਕ ਵਾਰ ਫਿਰ ਬ੍ਰੀਥ ਇਨ, ਬ੍ਰੀਥ ਆਊਟ। ਇੱਕ ਪ੍ਰਾਣਾਯਾਮ ਦੇ ਵਿੱਚ ਅਸੀਂ ਅੱਜ 2 ਪ੍ਰਾਣਾਯਾਮ ਕਰਾਂਗੇ। ਪਹਿਲਾਂ ਤਾਂ ਅਸੀਂ ਕਪਾਲ ਭਾਤੀ, ਇਹਦੇ ਵਿੱਚ ਕੀ ਕਰਨਾ ਹੈ ਕਿ ਸੇਮ ਚੀਜ਼ ਆਪਣੇ ਸੱਜੇ ਨੱਕ ਨੂੰ ਬੰਦ ਕਰਕੇ ਖੱਬੇ ਤੋਂ ਸਾਹ ਲਿੱਤਾ,
खब्बे नूं बंद करके सज्जे तों बाहर कढ़िया। अच्छा एक चीज होर, कई बंदे कहिंदे आ कि जद असीं प्राणायाम करदे आ खास करके कपाल भाति या अलोम विलोम तां साडा सिर बहुत दुखदा, उहदा कारण है क्योंकि आपां साह लैंदे आ। ਇਹ ਨਹੀਂ, ਇਹ ਬਹੁਤ ਮਾੜੀ ਚੀਜ਼ ਹੈ। ਇਹਦੇ ਨਾਲ ਸਾਰਾ ਦਾ ਸਾਰਾ ਜੋ ਆਕਸੀਜਨ ਅਸੀਂ ਭਰੀ ਉਹ ਸਾਡੇ ਦਿਮਾਗ ਨੂੰ ਚੜ ਗਈ, ਜੇ ਦਿਮਾਗ ਨੂੰ ਚੜੇਗੀ ਤਾਂ ਸਿਰ ਦੁਖੇਗਾ ਦੁਖੇਗਾ। ਸੋ ਆਪਾਂ ਕਰਨਾ ਕੀ ਹੈ, ਬੈਕ ਸਟ੍ਰੇਟ ਕਰਕੇ ਬੋਡੀ ਰਿਲੈਕਸ ਕਰਕੇ ਲਾਈਟਲੀ ਬਟ ਲੌਂਗ ਲੰਬਾ ਡੀਪ ਬ੍ਰੀਥ ਇਨ, ਹੋਲਡ ਵਿਦ ਅਦਰ ਹੈਂਡ ਐਂਡ ਐਕਸਹੇਲ ਫਰੋਮ ਰਾਈਟ ਨੋਸਟਰ। Breathe in from right nostril, breathe out from left nostril, breathe in from left side, breathe out from right side, breathe in from right side, breathe out from left side। इस जगह ते breathe in from left side जदों साह ले रहे हैं ते छड़ रहे हैं, इस जगह ते अपने परवटिया दे विचकार दोनों परवटिया दे विचकार इस जगह ते अपने मत्थे ते इत्थे ध्यान रखना। इस जगह ते अपने ध्यान नूं केंद्रित करना है, ध्यान नूं पूरा केंद्रित करके फिर लैफ्ट साइड तों राइट साइड तों छड़ दिओ, राइट तों लो, लैफ्ट तों छड़ दिओ, लैफ्ट तों लो, राइट तों छड़ दिओ, राइट तो लो, लेफ्ट तो छड़ दियो, लेफ्ट तो लो, राइट तो छड़ दियो, कंटिन्यू करते रहो। ध्यान नूं इस जगह ते केंद्रित करके रखना है। वेरी गुड, वेरी गुड, बहुत धन्यवाद। मिलते हैं अगली क्लास में। तब तक दास अवतार सिंह देव आ गया। वाहेगुरु जी का खालसा, वाहेगुरु जी की फतेह।